ਹੈਲੋ ਹੈਲੋ ਹਾਂ ਦੇਵੇ ਹਾਂਜੀ ਪਹਿਲਾਂ ਤਾਂ ਮੈਨੂੰ ਇਹ ਦੱਸ ਵੀ ਮੇਰਾ ਕੱਲ ਫੋਨ ਨਹੀਂ ਚੁੱਕਿਆ ਪਹਿਲਾਂ ਤੇ ਭਾਜੀ ਗੱਲ ਦੱਸੋ ਭਾਈ ਸਾਹਿਬ ਪਹਿਲਾਂ ਸਰ ਮੈਂ ਇਹ ਗੱਲ ਦੱਸਦਾ ਕਿ ਮੇਰਾ ਜੇ ਬਣ ਨਹੀਂ ਹੈਗਾ ਤੇ ਫੋਨ ਚੁੱਕਣ ਦੀ ਗੱਲ ਇਹ ਹੈਗੀ ਜੇ ਕਿ ਮੈਂ ਕੱਲ ਅੰਮ੍ਰਿਤਸਰ ਸੀ ਤੇ ਅੰਮ੍ਰਿਤਸਰ ਐਤਵਾਰ ਸਾਰੀਆਂ ਦੁਕਾਨਾਂ ਬੰਦ ਹੁੰਦੀਆਂ ਜੀ ਹੁਣ ਤੁਸੀਂ ਕੌਣ ਬੋਲਦੇ ਮਤਲਬ ਹੈ ਮੇਰੀ ਗੱਲ ਸੁਣ ਲਾ ਦੇਵਿਆ ਮੈਂ ਤੈਨੂੰ ਪਤਾ ਮੈਂ ਕੌਣ ਬੋਲਦਾ ਵਾ ਸਾਡਾ ਬੱਕਰਾ ਬੱਕਰੀ ਦੇ ਰਹੇ ਸਾਡਾ ਵਿਆਹ ਆ ਗਿਆ ਜੀ ਤੂੰ ਪਠੋਰੇ ਲਏ ਸੀ ਹੁਣ ਤੂੰ ਮੁੱਕਣ ਲਿਆ ਉਹ ਵੀਰ ਅੱਜ ਮੈਂ ਬੇਬਾ ਜੀ ਹੈਗਾ ਵਿੱਕੀ ਨਰੂਲਾ ਜੀ ਮੇਰਾ ਨਾਂ 31 ਨੰਬਰ ਦੁਕਾਨ ਜੀ ਆਈਡੀਆ ਮਾਰਕੀਟ ਦੇ ਵਿੱਚ ਉਹਨਾਂ ਦੀ ਦੁਕਾਨ ਜੀ ਜੈਮਾਲਾ ਦੁਕਾਨ ਜੀ ਚੂੜੇ ਦੀ ਦੁਕਾਨ ਜੀ ਤੁਸੀਂ ਵੀਰ ਜੀ ਫੋਨ ਲਾਇਆ ਕਿੱਥੇ ਜੀ ਮੇਰੀ ਗੱਲ ਸੁਣ ਲਾ ਅਸੀਂ ਬਗਰਾੜੀ ਲਾਇਆ ਸੀ ਫੋਨ ਮਾਂ ਨਾਲ ਦੱਸਦੇ ਵੀ ਮੇਰਾ ਦੂਜਾ ਬੱਕਰਾ ਤੇ ਬੱਕਰੀ ਦਾ ਕੀ ਬਣਿਆ ਚੰਗਾ ਰਹੇਗਾ ਬਾਜੇਗਾ ਭਾਜੀ ਲਾਗੇ ਬੰਦੇ ਕਿਸੇ ਨਾ ਪੜ੍ਹੇ ਲਿਖੇ ਨੰਬਰ ਵਿਖਾਓ ਆਪਦਾ ਤੁਹਾਡਾ ਨੰਬਰ ਲੱਗਾ ਜੀ ਅੰਮ੍ਰਿਤਸਰ ਮੇਰੀ ਗੱਲ ਗਾੜੀ ਪਿੰਡ ਦਾ ਨਾਂ ਪਹਿਲੀ ਸੁਣਿਆ ਮੈਂ ਘੱਟੋ ਘੱਟ 2 ਮਹੀਨੇ ਹੋ ਗਏ ਮੈਨੂੰ ਅਬਲ ਤੋਂ 1.5 ਮਹੀਨਾ ਤਾਂ ਹੋਈ ਗਿਆ ਨਾ ਫੋਨ ਲਾਉਂਦਿਆਂ ਨੂੰ ਕਦੀ ਤੇਰੀ ਮੰਮੀ ਚੁੱਕਦੀ ਆ ਕਦੀ ਤੇਰਾ ਭਰਾ ਚੁੱਕ ਲੈਂਦਾ ਤੇ ਬਹਾਨੇ ਬਣਾਈ ਜਾਂਦੇ ਆ ਵੀ ਅਸੀਂ ਉਹ ਘਰੇ ਨੀ ਹੈਗਾ ਉਹ ਬੱਕਰੀਆਂ ਲੈ ਗਿਆ ਉਹ ਮੇਰੀ ਗੱਲ ਸੁਣ ਲਾ ਬੱਕਰਾ ਬੱਕਰੀ ਦੇ ਦੇ ਭਾਈ ਜੀ ਮੇਰੇ ਕੋਲ ਬੱਕਰਾ ਬੱਕਰੀ ਦੇ ਤਾਂ ਮੈਂ ਜ਼ਰੂਰ ਦਿੰਦਾ ਪਰ ਤੇਰਾ ਨੰਬਰ ਗਲਤ ਲੱਗਿਆ ਤੇਰਾ ਚੈੱਕ ਕਰਕੇ ਲਾਓ ਮੈਨੂੰ ਪਹਿਲੀ ਵਾਰ ਤੁਹਾਡਾ ਫੋਨ ਆਇਆ ਜੀ ਮੈਂ ਕੇਸ ਕਰਦੇ ਲੱਗਾ ਜੀ ਤੈਨੂੰ ਮੈਂ ਚੁਕਾ ਦੇਣਾ ਜੀ ਬੱਕਰਾ ਬੱਕਰੀ ਦੇ ਦੇ ਉਹ ਵੀਰ ਜੀ ਕਹੇ ਕਿਹੋ ਜਿਹੀ ਗੱਲਾਂ ਕਹਿੰਦੇ ਕੇਸ ਕਿੱਦਾਂ ਹੋ ਜੂਗਾ ਤੁਹਾਡਾ ਫੋਨ ਤੇ ਚੈੱਕ ਕਰੋ ਤੁਹਾਡਾ ਨੰਬਰ ਲੱਗਾ ਕਿੱਥੇ ਮੈਂ ਚੈੱਕ ਕੀਤਾ ਮੈਂ ਮੈਨੂੰ ਇਹ ਦੱਸ ਵੀ ਉਹਨੇ ਬੱਚੇ ਕਿਹਨੇ ਦਿੱਤੇ ਬੱਕਰੀ ਨੇ ਮੈਨੂੰ ਇਹ ਵੀ ਪਤਾ ਲੱਗਾ ਵੀ ਪੁੱਤ ਬੱਕਰੀ ਸੂਫੀ ਸੀ ਉਹ ਭਰਾ ਵੇਰਿਆ ਮੈਂ ਅੰਮ੍ਰਿਤਸਰ ਬੋਲਦਾ ਮੇਰੇ ਕੋਲ ਨਾ ਤਾਂ ਕੋਈ ਬੱਕਰਾ ਹੀ ਨਾ ਕੋਈ ਬੱਕਰੀ ਨਾ ਕੋਈ ਪਠੋਰਾ ਨਾ ਕੋਈ ਪਠੋਰੀ ਆ ਦੇਖਿਆ ਤੂੰ ਮੈਨੂੰ ਇਹ ਸੁਣ ਤੂੰ ਵੀਰ ਫੜਿਆ ਗਿਆ ਤੇਰੇ ਮੂੰਹ ਚੋਂ ਪਠੋਰਾ ਪਠੋਰੀ ਨਿਕਲ ਗਈ ਆ ਜਿਹਦਾ ਮੈਂ ਨਾਮ ਨਹੀਂ ਲਿਆ ਤੋਰਾ ਦਾ ਪਠੋਰੀ ਦਿੱਤੀ ਉਹਨੇ ਮੈਂ ਦੇਖਿਆ ਚੁੱਪ ਕਰ ਗਿਆ ਮੈਂ ਤੂੰ ਵੀਰ ਕੱਚਾ ਹੀ ਤੂੰ ਬੱਕਰਾ ਬੱਕਰੀ ਦੇ ਦੇ ਨਾਲ ਪਠੋਰਾ ਪਠੋਰੀ ਤੇਰੇ ਮੂੰਹ ਤੋਂ ਨਿਕਲ ਗਿਆ ਵਾ ਹੁਣ ਮੇਰੇ ਤੋਂ ਤੇਰੇ ਤੇ ਕੇਸ ਕਰ ਸਕਦਾ ਮੈਂ ਸੌਖਾ ਹੀ ਥਾਣੇ ਮੈਂ ਚੱਲਿਆ ਜੀ ਕਿਹੜੇ ਪਠੋਰੇ ਯਾਰ ਮੇਰੇ ਕੋਈ ਪਠੋਰਾ ਮੈਨੂੰ ਸੌ ਲੱਗੇ ਬਾਬਾ ਦੀਪ ਸਿੰਘ ਵੀ ਮੈਂ ਬਾਬਾ ਦੀਪ ਨੂੰ ਮੰਨਦਾ ਹੈਗਾ ਮੈਨੂੰ ਕਿਸੇ ਦੀ ਸੌ ਪਾ ਦੇ ਮੇਰੇ ਕੋਲ ਨਾ ਬੱਕਰਾ ਨਾ ਬੱਕਰੀ ਕੋਈ ਨੀ ਵੀਰ ਜੀ ਮੇਰੇ ਕੋਲ ਜਾਣਕਾਰੀ ਮੇਰੇ ਥੱਲੇ ਕਿਹੜਾ ਤੇਰਾ ਭਲਾ ਹੋ ਜੇਹੀ ਓਏ ਉਹ ਝੂਠੀਆਂ ਕੰਮ ਤੇ ਕੰਮ ਸੌ ਆਣਾ ਖਾ ਮੇਰੀ ਗੱਲ ਸੁਣ ਲਾ ਮੈਂ ਤੇਰੇ ਘਰੇ ਕੱਲ ਚਾਪਾ ਮਾਰ ਦੇਣਾ ਸੀ ਚੰਗਾ ਰਹੇਗਾ ਤੂੰ ਘਰੋਂ ਖਿਸਕ ਜਾਂਦਾ ਈ ਰੋਜ਼ ਜਿੰਦਰਾ ਲੱਗਾ ਨਾ ਤੁਹਾਡੇ ਘਰੋਂ ਦਾਦੇ ਬੱਕਰਾ ਬੱਕਰੀ ਕਿੱਥੇ ਆ ਯਾਰ ਮੈਂ ਬੱਕਰਾ ਬੱਕਰੀ ਕੀ ਕਰਨਾ ਇਹਦੇ ਕਿਹੜੇ ਕਿਹੜੇ ਕੁੱਕ ਆਈ ਹੈਗੇ ਰਾਧਾ ਸਵਾਮੀ ਭਾਜੀ ਪਹਿਲਾਂ ਮੇਰੀ ਗੁੱਸੋ ਗੱਲ ਆਏਗੇ ਰਾਧਾ ਸਵਾਮੀ ਮੇਰੇ ਦਾਦੇ ਨੇ ਨਾਮ ਦਾ ਲਿਆ ਸੀ ਮੇਰੇ ਭਾਪੇ ਨੇ ਨਾਮ ਲਿਆ ਸੀ ਅਸੀਂ ਨਾਮ ਦਾ ਲਿਆ ਹੈਗਾ ਅਸੀਂ ਤੇ ਘਰੇ ਆਂਡਾ ਤੱਕ ਨੀ ਮਾਰਦੇ ਬੱਕਰਾ ਬੱਕਰੀ ਲਿਆ ਕੇ ਮਜ਼ਾ ਕੀ ਕਰਨਾ ਮਾਮਾ ਜਿਹੜਾ ਬੱਕਰੀ ਦੁੱਧ ਪੀਣਾ ਉਹ ਕਿਤਨਾ ਪੀ ਲੈਣਾ ਉਹ ਵੀਰੇ ਅਸੀਂ 35 ਰੁਪਏ ਕਿਲੋ ਦੁੱਧ ਲੈ ਕੇ 2.5 ਕਿਲੋ ਦੁੱਧ ਲੈ ਕੇ ਆਉਣਾ ਤੂੰ ਮੰਨ ਗਿਆ 35 ਰੁਪਏ ਕਿਲੋ ਦੁੱਧ ਲੈਣਾ ਬੱਕਰੀ ਦਾ ਤੂੰ ਦੁੱਧ ਲੈਂਦਾ ਮੁੱਲ ਵੀ ਲੈਂਦਾ ਵੇਚਦਾ ਵੀ ਆ ਤੂੰ ਲੈਂਦਾ ਲੁੰਦਾ ਨੀ ਤੂੰ ਮੁੱਲ ਤੁਸੀਂ ਐਂ ਕਰੋ ਤੁਸੀਂ ਅੰਮ੍ਰਿਤਸਰ ਆ ਜਾਓ ਅੰਮ੍ਰਿਤਸਰ ਆ ਜਾਈਏ ਫਿਰ ਚੱਲ ਪੁੱਤ ਹਥਿਆਰ ਆਣਾ ਹੀ ਆਵਾਂ ਗਣੋਤਰਾ ਨਹੀਂ ਹੋਣਾ ਨਹੀਂ ਯਾਰ ਹਥਿਆਰ ਐਵੇਂ ਕਿੱਦਾਂ ਲੈ ਕੇ ਆਜੋਗੇ ਹਥਿਆਰ ਮੇਰਾ ਥੋੜੇ ਦਿਨ ਵਿਆਹ ਖਾ ਬੁਰਾ ਪ੍ਰਭਾਵ ਪੈਂਦਾ ਨਾ ਫਿਰ ਹੁਣ ਵਿਆਹ ਵਾਲੀ ਗੱਲ ਵੀ ਨਿਕਲਾਈ ਇੱਥੇ ਕਰਕੇ ਤੂੰ ਬੱਕਰੇ ਬੱਕਰੀ ਤੂੰ ਝਟਕਾਉਣ ਨੂੰ ਫਿਰਦਾ ਮੇਰਾ ਵੀਰ ਬੱਕਰਾ ਬੱਕਰੀ ਦੇ ਦੇ ਮੇਰੀ ਗੱਲ ਸੁਣ ਲਾ ਅਸੀਂ ਬੜੇ ਤੰਗ ਹੋਏ ਬਈ ਤੋਬਾ ਤੋਬਾ ਭਰਾਵਾ ਮੈਂ ਮੇਰੀ ਗੱਲ ਸੁਣੋ ਅਸੀਂ ਤੇ ਖੇਤ ਲਾਗੇ ਮਾਸਲ ਦੇ ਲੱਗ ਨਹੀਂ ਜਾਂਦੇ ਘਰੇ ਬਣਾ ਸਕਦੇ ਤੇ ਕੰਮ ਕਰ ਸਕਦੇ ਮੇਰੀ ਗੱਲ ਸੁਣ ਲਾ ਤੂੰ ਦਿੱਲੀ ਨੂੰ ਜਾਣਾ ਜਾਂਦਾ ਦਿੱਲੀ ਨੂੰ ਹੈ ਜਿਹੜਾ ਚਾਂਪਾ ਦਾ ਕੰਮ ਆ ਬਿੱਲੇ ਨੂੰ ਬਿੱਲਾ ਜਿਹੜਾ ਬਦਮਾਸ਼ ਆ ਨਹੀਂ ਭਾਜੀ ਉਹਨਾਂ ਨੇ ਮੈਂ ਜਾਣਦਾ ਉਹਨੇ ਗੋਲੀਆਂ ਮਾਰਨਗੇ ਤੇਰੇ ਆਣ ਕੇ ਹੁਣ ਮੈਨੂੰ ਦੱਸ ਦੇ ਬੱਕਰਾ ਕਿੱਦਾਂ ਦੇਣਾ ਯਾਰ ਮੈਂ ਨਾ ਬੰਦੇ ਦੀ ਕੋਈ ਜਾਣ ਦੀ ਮੁਕਤ ਹੈ ਕਿ ਨਹੀਂ ਹੈ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਇੱਕ ਬੱਕਰੇ ਮਗਰ ਬੰਦੇ ਨੂੰ ਮਾਰ ਦੋ ਵੀ ਕਿੱਥੇ ਬੱਕਰਾ ਕੋਈ ਹੈਗੀ ਐ ਸੋ ਭਾਜੀ ਤੁਹਾਡਾ ਬੱਕਰਾ ਕਿੰਨੇ ਦਾ ਬੱਕਰਾ ਤੁਹਾਡਾ ਮੈਂ ਆਪਣੇ ਭਾਜੀ ਨਾਲ ਗੱਲ ਕਰਦਾ ਤਾਂ ਪੈਸੇ ਦੇ ਦਿੰਦੇ ਜੇ ਬਹੁਤੀ ਗੱਲ ਹੈਗੀ ਤੇ ਇਦਾਂ ਕਿੱਦਾਂ ਗੋਲੀ ਮਰਵਾ ਦੋਗੇ ਮੈਂ ਖਾਨਾ ਬਦੋਸ਼ ਬੰਦਾ ਓਏ 60 ਕਿੱਲੇ ਪੈਲੀ ਮੇਰੀ ਨਿਆਈ ਵਾਲੇ ਬੰਨੇ ਦਾ ਤੂੰ ਕਿਹਨਾਂ ਮੈਨੂੰ ਪੈਸੇ ਦੇ ਦੂਗਾ ਕਿਤਨਾ ਪੈਸੇ ਦੇਣਾ ਭਾਜੀ 60 ਜੇ ਤੁਹਾਡੇ 60 ਕਿੱਲੇ ਪੈਲੀ ਹੈ ਤੇ ਇੱਕ ਬੱਕਰਾ ਛੱਡ ਦੋਗੇ ਗਰੀਬ ਨੂੰ ਜੇ ਕਿਹਨੇ ਲਾਇਆ ਗਿਆ ਤਾਂ ਅਸੀਂ ਮੂੰਹ ਕੱਢਿਆ ਬੱਕਰਾ ਅਸੀਂ ਉਹ ਬਾਬੇ ਦੇ ਚੜਾਵਾ ਤੇ ਬਾਬੇ ਦੇ ਮੈਨੂੰ ਥੋੜਾ ਤੁਸੀਂ ਚੜਾਉਣਾ ਵੀ ਜਿਹੜਾ ਮੈਨੂੰ ਗੋਲੀਆਂ ਮਾਰ ਦੇਣੀ ਤੇ ਬੱਕਰਾ ਚੜਾਉਣਾ ਆਪ ਕੇ ਆਪਦਾ ਵੀਰ ਉਹ ਚੜਨੇ ਬੱਕਰਾ ਮੇਰੀ ਗੱਲ ਸੁਣ ਲਾ ਦਾਦੇ ਕਿਦਣ ਆਈਏ ਪਰਸੋਂ ਹੀ ਆ ਜਾਣਾ ਹੀ ਪਰਸੋਂ ਆ ਜਾਣਾ ਹੀ ਤੇਰੀ ਮੈਂ ਡਿਟੇਲ ਕਢਾਉਣ ਲੱਗੇ ਮੈਨੂੰ ਪਤਾ ਤੂੰ ਹੋਰ ਕਿਤੇ ਖਿਸਕ ਗਿਆ ਵਾ ਮੈਂ ਸਾਰੀ ਫੋਨ ਦੀ ਲੋਕੇਸ਼ਨ ਕਢਾ ਕੇ ਤੇਰੇ ਉੱਥੇ ਆਉਣਾ ਹੀ ਕਿੱਥੇ ਆਓਗੇ ਜਿੱਥੇ ਤੇਰਾ ਫੋਨ ਬੋਲਿਆ ਮੈਂ ਤਾਂ ਆਪਣੀ ਦੁਕਾਨ ਤੇ ਬੈਠਾ ਆ ਤੇ ਦੁਕਾਨ ਤੇ ਤੈਨੂੰ ਆਣ ਕੇ ਝਟਕਾ ਦਾਂਗੇ ਕੋਈ ਪੁੱਛਣਾ ਗਿੱਛਣਾ ਕੁਛ ਨੀ ਬਸ ਉਹਨੇ ਗੋਲੀਆਂ ਮਾਰਨੀਆਂ ਪਹਿਲਾਂ ਸ਼ਕਲ ਤੇ ਵੇਖੋਗੇ ਨਾ ਬੰਦਾ ਨਹੀਂ ਹੁੰਦਾ ਨਾ ਮੈਂ ਸਿੱਧੀਆਂ ਗੋਲੀਆਂ ਮਾਰਨੀਆਂ ਪਾ ਮੈਂ ਤਾਂ ਕਰਾਂ
ਤੂੰ ਹਿੱਲ ਗਿਆ, ਤੂੰ ਕਿਦਾਂ ਹਿੱਲ ਗਿਆ ਵਾ? ਇਹ ਫਿਰ ਤਾਹੀਓ ਤੂੰ ਹਿੱਲ ਗਿਆ, ਬੱਕਰਾ ਬੱਕਰੀ ਦੇ ਭਰਾ ਤੇਰੇ ਹਿੱਲ ਗਿਆ ਤੇ। ਉਹ ਭਾਜੀ ਮੈਂ ਤੈਨੂੰ ਬੱਕਰਾ ਨਵਾਂ ਲੈ ਦਾ, ਕਿੰਨੇ ਦਾ ਉਹ ਬੱਕਰਾ? ਮੈਂ ਉਹੋ ਹੀ ਲੈਣੇ ਮੈਂ ਜਿੱਥੇ ਮੇਰੇ ਸਿੱਧੇ ਪਾ ਲੈਣਾ। ਹੋਰ ਕਰਜਾ ਹੋਰ ਕਰਜਾ ਚੁੱਕ ਹੋਰ ਕੀ ਆ? ਮੇਰੀ ਗੱਲ ਸੁਣ ਲਾ, ਰੋਣ ਵਾਲੇ ਪਖੰਡ ਹੋਰ ਕੇ ਨਾ ਕਰੀ, ਮੇਰਾ ਬੱਕਰਾ ਬੱਕਰੀ ਦੇ ਦੇ, ਚੰਗਾ ਰਹੇਗਾ ਜਾਂ ਪਠੋਰਾ ਪਠੋਰੀ ਰੱਖ ਲਾ, ਸਾਲਿਆ ਥਾਪਾ ਪਾ ਲਿਆ ਤੈਨੂੰ ਦੇ ਕੇ। ਮੈਂ ਕਿਹਾ ਭਾਜੀ ਗੁਰਪ੍ਰੀਤ ਘੁੱਗੀ ਨੀ ਐਕਟਿੰਗ ਕਰੂੰਗਾ, ਮੇਰੇ ਸੱਚੀ ਰੋਣ ਨਿਕਲ ਗਿਆ। ਉਹ ਨਿਕਲੀ ਜਾਵੇ, ਅਸੀਂ ਪਰਸੋਂ ਆਉਣਾ ਈ, ਤੈਨੂੰ ਪਤਾ ਹੀ ਠੋਕ ਦੇਣੇ ਜੇ ਬੱਕਰਾ ਬੱਕਰੀ ਨਾ ਨਿਕਲਿਆ ਤੇਰੇ ਕੋਲੋਂ। ਮੇਰੀ ਸੁਣੋ ਪਹਿਲਾਂ ਗੱਲ ਭਾਜੀ। ਹੈਲੋ ਮੇਰੀ ਪਹਿਲਾਂ ਗੱਲ ਸੁਣ ਲੋ। ਨਹੀਂ ਨਹੀਂ ਭਾਜੀ ਹੁਣ ਬਸ ਜੀ, ਓਕੇ ਬਾਏ ਬਾਏ। ਹੁਣ ਮੈਂ ਨਾ ਸੁਣਦੀ ਤੇਰੀ, ਮੈਂ ਤੈਨੂੰ ਟੋਕਣਾ ਯਾਰ। ਮੈਂ ਕੱਲਾ ਕੱਲਾ ਹੈਗਾ ਜੀ, ਮੈਂ ਕੋਨੀ ਕੋਨੀ ਕੱਲਾ ਦੇ ਗੋਲੀ ਮਾਰਨ ਤੋਂ ਪਹਿਲਾਂ ਵੇਖ ਲਿਓ, ਆਣ ਕੇ ਪੁੱਛ ਲਓ। ਮੈਂ ਇਹੋ ਜਿਹਾ ਨਹੀਂ ਹੈਗਾ, ਮੈਂ ਕਦੀ ਕਿਹਾ ਮੇਰੀ ਦੁਕਾਨ ਤੇ ਕੋਈ 5 ਰੁਪਏ ਮੰਗਣਾ ਜੇ ਮੈਨੂੰ 10 ਰੁਪਏ ਦੇਣਾ। 10 ਰੁਪਏ ਦੇਣਾ ਫਿਰ ਬੱਕਰਾ ਦੇ ਰਹੇ ਮੇਰਾ? ਜੇ ਮੇਰੇ ਕੋਲ ਬੱਕਰਾ ਹੋਵੇ ਤੈਨੂੰ ਬੱਕਰਾ ਦਵਾਂ। ਤੇਰਾ ਮੈਂ ਬੱਕਰਾ ਬੱਕਰਾ ਹੈ ਕਿਹੜੇ ਰੰਗ ਦਾ ਸੀ? ਕਾਲੇ ਰੰਗ ਦਾ। ਤੇ ਕਿੱਡਾ ਕੱਦ ਕਿੱਦਾਂ ਸੀ ਉਹਦਾ? ਮੈਂ ਤੈਨੂੰ ਦੱਸਾਂ ਨਾ, ਮੈਂ ਤੈਨੂੰ ਪਠੋਰੇ ਦਿੱਤੇ ਸੀ ਪੁੱਤ, ਬੱਕਰੇ ਬਣ ਗਏ ਹੁਣ ਤੈਨੂੰ ਪਠੋਰੀ ਬੱਕਰਾ ਬੱਕਰੀ। ਪਠੋਰੀ ਕਿੰਨੇ ਦਾ ਆਉਂਦਾ ਅੱਜ? ਉਂਝ ਤੇ 5-7 ਹਜ਼ਾਰ ਦਾ ਆਉਂਦਾ, ਪਰ ਮੈਂ ਭਾਜੀ ਉਹ ਲੈਣਾ। ਜੇ ਤੁਸੀਂ ਪਠੋਰੇ ਦਿੱਤੇ ਤੁਹਾਨੂੰ ਕੀ ਪਛਾਣ ਤੁਹਾਡਾ ਬੱਕਰਾ ਹੋਊਗਾ? ਪਛਾਣ ਭਾਜੀ ਮੈਂ ਨਿਸ਼ਾਨੀ ਨੀ ਰੱਖ ਸਕਦਾ, ਉਹ ਹੀ ਆ। ਫਿਰ ਮੈਂ ਚੜਾਉ ਪਹਿਲਾਂ ਗੁਰਦਾਰੇ ਵੀ ਸੱਸੋਂ ਖਾ ਵੀ ਉਹ ਆ ਕਿ ਨਹੀਂ ਤੁਹਾਡੀ ਬੱਕਰੇ ਦੇ? ਹੈਲੋ, ਹਾਂਜੀ ਹਾਂਜੀ।